ਲੋ ਜੀ ਇਹ ਚੀਜ਼ ਚੈੱਕ ਕਰੋ, ਮੂੰਹ ਖੋਲ ਕੇ ਵਿਖਾ ਖਾਂ ਇਹਦਾ, ਮੂੰਹ ਵੀ ਖੋਲ ਕੇ ਵਿਖਾ। ਹਾਈਟ ਕਿਤਨੀ ਹੋਏਗੀ, ਹਾਈਟ ਲੈਂਥ ਇਹਦੀ? 46 ਹੈ। ਠੀਕ ਹੋ ਗਈ ਆ, ਲੜਾਈ ਦਾ ਫਾਈਨਲ ਹੋ ਜਾਏਗਾ, ਹੋਰ ਕਮੀ ਬੇਸ਼ੀ ਨਹੀਂ ਕਰਨਾ। ਜਦੋਂ ਰਾਬਤਾ ਕਰੋਗੇ ਹੋਰ ਵੀ ਕਮੀ ਬੇਸ਼ੀ ਹੋ ਜਾਏਗੀ। ਨੰਬਰ ਸ਼ੇਅਰ ਕਰ ਖਾਂ ਦਾ, ਨੰਬਰ ਦੱਸ ਖਾਂ। 05 ਹਾਂਜੀ 730 35। ਠੀਕ ਹੋ ਗਿਆ। ਲਓ ਜੀ ਇਹਨਾਂ ਦਾ ਨੰਬਰ ਹੈ, ਬਿਲਕੁਲ ਮੈਂ ਬਾਵਲਪੁਰ ਤੋਂ ਆਏ ਨੇ। ਲਓ ਜੀ ਪੱਠੇ ਵੀ ਖਵਾ ਕੇ ਵਿਖਾ ਰਹੇ ਹਾਂ, ਚਾਰਾ ਸ਼ਰਾ ਖਵਾ ਕੇ ਵਿਖਾ ਰਹੇ ਨੇ। ਅਤੇ ਇਹ ਜਨਾਬ ਅਹਿਮਦਪੁਰ ਸ਼ਰਕੀਆ ਬਾਵਲਪੁਰੀ ਚੋਂ ਆਏ ਨੇ। ਮਾਸ਼ਾਅੱਲਾ, ਚੰਗਾ ਹੱਦ ਕਾਠ ਹੈ। ਅਸਲਾਮ ਵਾਲੇਕੁਮ ਦੋਸਤੋ, ਆ ਜਨਾਬ 18 ਮਈ 2024 ਦੀ ਵੀਡੀਓ, ਬਰੋਜ਼ ਹਫ਼ਤਾ। ਅਤੇ ਮਦਰੱਸਾ ਮੰਡੀ ਜਨਾਬ ਆ ਚੁੱਕੇ ਹੈ, ਮਦਰੱਸਾ ਮੰਡੀ ਲੱਗਦੀ ਹੈ। ਹਫ਼ਤੇ ਵਾਲੇ ਦਿਨ ਚੱਕ ਅਬਦੁੱਲਾ ਤੋਂ ਤਕਰੀਬਨ 2 ਕਿਲੋਮੀਟਰ ਜਨਾਬ, 2-3 ਕਿਲੋਮੀਟਰ ਅੱਗੇ ਰੋਹੀ ਦੇ ਵਿੱਚ ਮੰਡੀ ਲੱਗਦੀ ਹੈ। ਆ ਜਨਾਬ ਰੈਟ ਪੁੱਛ ਕੇ ਦੱਸਣੇ ਕੀ ਰੈਟ ਸ਼ੈਲ ਚੱਲ ਰਹੇ ਨੇ। ਜਦੋਂ ਮੰਡੀ 'ਚ ਇੰਟਰ ਹੋਏਗੇ ਅਤੇ ਐਂਡ 'ਤੇ ਦਵਾਓਗੇ, ਉਦੋਂ ਜਨਾਬ ਤੁਹਾਨੂੰ ਬਰੀਡਰ ਬੱਕਰੇ ਜਨਾਬ ਮਿਲਣਗੇ, ਮੱਖੀ ਚੀਨੇ ਵੱਡੇ ਬਰੀਡਰ ਬੱਕਰੇ ਜਿਹੜੇ ਹੁੰਦੇ ਨੇ ਉਹ। ਅਤੇ ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਮੋਹਿਤਬਾ ਗੋਟ ਫਾਰਮ ਲੁੱਡਣ। ਸੁਬਹ ਸੁਬਹ ਟਾਈਮ ਹੈ ਤਕਰੀਬਨ 7:30 ਵੱਜ ਗਏ ਨੇ, ਕਾਫੀ ਜਨਾਬ ਮੰਡੀ ਲੱਗ ਚੁੱਕੀ, ਚੰਗਾ ਭਲਾ ਰਸ਼ ਹੈ। ਅਤੇ ਗੁਜ਼ਾਰਿਸ਼ ਕਰਾਂਗਾ ਜਿਹੜੇ ਨਵੇਂ ਦੋਸਤ ਇਸ ਚੈਨਲ 'ਤੇ, ਅਗਰ ਹਾਲੇ ਤੱਕ ਉਹਨਾਂ ਇਸ ਚੈਨਲ ਮੋਹਿਤਬਾ ਗੋਟ ਫਾਰਮ ਲੁੱਡਣ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਵੀ ਦਬਾਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦਾ ਰਹੇ। ਬਲੈਕ ਬੀਤਲ ਵੀ ਆਇਆ, ਮੱਖੀ ਚੀਨੇ ਵੀ ਆਏ ਨੇ, ਕਾਫੀ ਜਨਾਬ ਵੱਡੇ ਬਰੀਡਰ। ਦੋਂਦੇ ਲਓ, ਆਂਡਾ ਲਓ, ਖੱਤੀ ਲਓ, ਜਿਸ ਤਰ੍ਹਾਂ ਦਾ ਮਰਜ਼ੀ ਜਾਨਵਰ ਖਰੀਦਣਾ ਚਾਹੋ ਉਸੇ ਤਰ੍ਹਾਂ ਨਾਲ ਇਨਸ਼ਾਅੱਲਾ ਜਨਾਬ ਤੁਹਾਨੂੰ ਇਸ ਮੰਡੀ ਦੇ ਵਿੱਚ ਮਿਲੇਗਾ। ਜਿਸ ਤਰੀਕੇ ਸਾਹਮਣੇ ਜਨਾਬ ਦੇਖ ਰਹੇ ਹੋ ਵੱਡਾ ਜਨਾਬ ਬੱਕਰਾ, ਰੈਸ਼ ਸ਼ਰਟ ਪੁੱਛਣਾ ਕੀ ਰੈਸ਼ ਸ਼ਰਟ ਕਰਨੇ, ਅਗਰ ਕੋਈ ਮੰਡੀ ਆਉਣਾ ਚਾਹੁੰਦਾ, ਮੰਡੀ ਜਨਾਬ ਹਫ਼ਤੇ ਵਾਲਾ ਦਿਨ ਲੱਗਦੀ ਹੈ, ਇੱਥੋਂ ਆ ਕੇ ਖਰੀਦ ਸਕਦੇ ਹੋ, ਜਿਸ ਤਰ੍ਹਾਂ ਦਾ ਮਰਜ਼ੀ ਜਨਾਬ ਜਾਨਵਰ ਖਰੀਦਣਾ ਚਾਹੋ ਖਰੀਦ ਸਕਦੇ ਹੋ। ਮਾਸ਼ਾਅੱਲਾ ਬਲੈਕ ਬੀਤਲ ਦੇ ਵਿੱਚ ਖੜ੍ਹਾ ਨਕੋੜਾ ਜਾਲਾ ਚਿਪਟੇ ਸਿੰਘ, ਅਤੇ ਨਜ਼ਦੀਕ ਕਰਕੇ ਤਾਂ ਚਿਹਰਾ ਜਨਾਬ ਚੈੱਕ ਕਰੋ, ਸਫੈਦ ਅੱਖ ਦੇ ਜੇ, ਇਹ ਕੀ ਹੈ ਮੂੰਹ ਹਲੂ, ਦੋਂਦਾ ਚੁੱਕ ਹੈ, 6 ਦੰਦ ਤਾਜ਼ਾ ਲੱਗਾ ਖਲਾ। ਹਾਈਟ ਕਿੰਨੀ ਕੁ ਹੋਏਗੀ ਜੀ ਤਕਰੀਬਨ? ਹਾਈਟ 43-58। 43-58। ਡਿਮਾਂਡ ਸ਼ਿਮਾਂਡ ਕੀ ਕਰ ਰਹੀ ਹੈ? 1,90,000। ਹਾਈਟ ਜਨਾਬ ਪੁੱਛ ਕੇ ਦੱਸ ਦਿੱਤੀ ਹੈ। ਅਤੇ ਫਿਰ ਜਨਾਬ ਕਾਫੀ ਦੋਸਤ ਵੀਡੀਓ ਕਾਲ ਕਰਦੇ ਨੇ ਜਾਂ ਕਾਲ ਕਰਦੇ ਨੇ, ਪੁੱਛਦੇ ਨੇ ਹਾਈਟ ਕਿੰਨੀ ਹੈ ਜੀ, ਲੈਂਥ ਕਿੰਨੀ ਹੈ, ਇਸ ਵਜੋਂ ਨਾਲ ਹੀ ਨਾਲ ਪੁੱਛ ਕੇ ਦੱਸ ਦਿੱਤਾ। ਪੈਰ ਬੰਨੇ ਹੋਏ ਨੇ ਅਤੇ ਮੰਡੀ ਦੀ ਮਜਬੂਰੀ ਹੈ, ਪੈਰ ਬੰਨ ਕੇ ਖੜਾਉਣਾ ਪੈਂਦਾ। ਅਤੇ ਬਾਕੀ ਅਗਰ ਕੋਈ ਦੋਸਤ ਨਾਲ ਰਾਬਤਾ ਕਰਨਾ ਚਾਹੁੰਦਾ ਰਾਬਤਾ ਕਰ ਸਕਦੇ ਹੋ। ਅਤੇ ਕੀ ਡਿਮਾਂਡ ਕਰ ਰਹੇ ਹੋ ਭਾਈ ਇਹਦੀ? 1,90,000 ਫਾਈਨਲ ਕਿੱਥੇ ਹੋ ਜਾਏਗਾ? ਫਾਈਨਲ 1,70,000 ਦਾ ਹੋਏਗਾ। ਇੱਕੋ ਬਲੈਕ ਲਿਆਂਦਾ, ਇੱਕੋ ਮੱਖੀ ਜਿੰਨੇ ਵੀ ਹੈ ਨੇ, ਅੱਜ ਹੋਰ ਵੀ ਖਾਓ ਜੀ। ਬਾਕੀ ਜਨਾਬ ਮੱਖੀ ਜਿੰਨੇ ਅਗਰ ਕੋਈ ਖਰੀਦਣਾ ਚਾਹੁੰਦਾ, ਮੱਖੀ ਜਿੰਨੇ ਜਨਾਬ ਇਹਨਾਂ ਕੋਲ ਮਿਲ ਜਾਣਗੇ। ਪੂਰੀ ਮੰਡੀ ਦੇ ਵਿੱਚ ਸਭ ਤੋਂ ਚੰਗੇ ਬਰੀਡਰ ਜਨਾਬ ਇਹ ਭਾਈ ਹੋਰਾਂ ਕੋਲ ਹੁੰਦੇ ਨੇ, ਔਰ ਟਾਪ ਕਲਾਸ ਦੇ ਹੁੰਦੇ ਨੇ, ਚੰਗੀ ਹਾਈਟ ਵਾਲੇ, ਲੈਂਥ ਵਾਲੇ। ਔਰ ਮੱਖੀ ਚੀਨੇ ਲਓ ਚਾਹੇ ਬੀਤਲ ਲਓ, ਨਾਗਰੇ ਵੀ ਇਹਨਾਂ ਕੋਲ ਮਿਲ ਜਾਂਦੇ ਨੇ। ਇਹ ਵੇਖ ਚੈੱਕ ਕਰੋ ਇਹਦਾ ਫੇਸ ਵੀ ਜਨਾਬ, ਚੈੱਕ ਕਰ ਲਓ ਚਿਪਟੇ ਸਿੰਘ ਨੇ, ਇਹ ਕੀ ਹੈ ਮੂੰਹ ਹਲ ਬਾਈ? ਇਹ ਵੀ ਤਾਜ਼ਾ 6 ਦੰਦ ਲੱਗੇ, ਤਾਜ਼ਾ 6 ਦੰਦ ਹੋਇਆ, ਇਹ ਬਲੱਡੀ ਚੰਗੀ ਚਮੜੀ ਮਾਸ਼ਾਅੱਲਾ। ਔਰ ਚੀਜ਼ ਚੈੱਕ ਕਰੋ, ਯੈਸ ਸਰ। ਉਸ ਤੋਂ ਬਾਅਦ ਡਿਮਾਂਡ ਕੀ ਕਰ ਰਹੇ ਹੋ ਜੀ? ਇਹਦਾ ਵੀ 1,70,000 ਫਾਈਨਲ। ਫਾਈਨਲ 1,60,000 ਦਾ ਦੇ, ਫਾਈਨਲ 1,60,000 ਦਾ ਹੋ ਜਾਏਗਾ। ਠੀਕ ਹੋ ਗਿਆ। ਤੀਸਰਾ ਨੰਬਰ ਆ ਚੈੱਕ ਕਰੋ, ਤੀਸਰਾ ਕਿਹੜਾ ਜੀ? ਲਓ ਜੀ ਤੀਸਰੇ ਨੰਬਰ ਵਾਲਾ ਚੈੱਕ ਕਰੋ, ਇਹ ਚੀਜ਼ ਚੈੱਕ ਕਰੋ ਜੀ, ਮਾਸ਼ਾਅੱਲਾ। ਔਰ ਮੱਖੀ ਚੀਨੇ ਦੇ ਵਿੱਚ ਖੜੇ ਨੇ, ਨਜ਼ਦੀਕ ਕਰਕੇ। ਇਹਦੀ ਹਾਈਟ ਲੈਂਥ ਕਿੰਨੀ ਹੋਏਗੀ ਤਕਰੀਬਨ? 45-54। ਮੂੰਹ ਲੱਗੀ ਹੈ? ਮੂੰਹ 6 ਦੰਦ। 6 ਦੰਦ ਹੋ ਗਏ ਜਾਂ ਹੋਣ ਵਾਲਾ? ਹੋ ਗਿਆ 6 ਦੰਦ ਜੀ, ਹੋਣ ਵਾਲਾ। ਅੱਛਾ ਜੀ, ਯਾਨੀ ਛਿੱਗਾ ਹੋ ਗਿਆ। ਕੀ ਡਿਮਾਂਡ ਕਰ ਰਹੇ ਹੋ ਇਹਦੀ? 1,60,000 1,60,000 ਕਮੀ ਬੇਸ਼ੀ ਹੋ ਜਾਏਗੀ ਇਹਦੀ, ਪੂਰੇ 1.5 ਦਾ ਹੋ ਜਾਏਗਾ ਫਾਈਨਲ। ਠੀਕ ਹੈ, ਨੰਬਰ ਸ਼ੇਅਰ ਕਰੋ ਖਾਂ, ਨੰਬਰ ਹੀ ਦੇ ਦਿੰਦੇ ਅੱਗੇ ਜਨਾਬ। ਬਰੀਡਰ ਪਹਿਲੇ ਜਨਾਬ ਚੈੱਕ ਕਰ ਲਓ, ਜਿਹੜਾ ਬਰੀਡਰ ਪਸੰਦ ਹੈ ਉਸੇ 'ਤੇ ਦੱਸੋ ਜੀ, ਇਹ ਫਲਾਣੇ ਨੰਬਰ ਵਾਲਾ, ਫਲਾਣੇ ਨੰਬਰ ਵਾਲਾ ਸਾਨੂੰ ਇਹ ਚਾਹੀਦਾ। ਇਹ ਜਨਾਬ ਚੌਥੇ ਨੰਬਰ ਵਾਲਾ ਜੀ, ਪਹਿਲੇ ਬਲੈਕ ਵਿਖਾਇਆ ਸੀ, ਉਸ ਤੋਂ ਬਾਅਦ ਮੱਖੀ ਜੀਨੇ, ਚੌਥੇ ਨੰਬਰ ਵਾਲਾ ਜਨਾਬ, ਤੀਸਰੇ ਨੰਬਰ ਵਾਲਾ ਮੱਖੀ ਜੀਨਾ, ਅਤੇ ਵੈਸੇ ਚੌਥੇ ਨੰਬਰ 'ਤੇ। ਚੰਗੀ ਹਾਈਟ ਲੈਂਥ ਹੈ ਮਾਸ਼ਾਅੱਲਾ ਇਸਦੀ, ਚੀਜ਼ ਚੈੱਕ ਕਰੋ ਜੀ। ਇਹਦੀ ਕਿੰਨੀ ਹਾਈਟ ਲੈਂਥ ਹੈ ਬਈ? 44-61
44 ਕਾਰਡ ਮੂੰਹ ਵਾਲੂ ਕੀ ਹੋਇਆ ਖੜਾ ਉਮਰ 6 ਦੰਦ ਦੇ ਵੀ ਤਾਜ਼ਾ ਲੱਗ 6 ਦੰਦ ਤਾਜ਼ਾ ਹੋਇਆ ਖੜਾ ਤੇ ਡਿਮਾਂਡ ਇਹਦੀ ਕੀ ਹੈ 2,60,000 2,60,000 ਫਾਈਨਲ ਕਿੱਥੇ ਹੋ ਜਾਏਗਾ ਫਾਈਨਲ 2,40 ਦਾ ਫਾਈਨਲ 2,40 ਦਾ ਹੋ ਜਾਏਗਾ ਠੀਕ ਹੋ ਗਿਆ ਨੋਕ ਸਾਹਿਬ ਦੇ ਜ਼ਿੰਮੇਵਾਰ ਸਾਂ ਜਾਨਵਰ ਕਿਸੇ ਜੀ ਨੋਕ ਸਾਹਿਬ ਹੋਵੇ ਜ਼ਿੰਮੇਵਾਰ ਹਰ ਤਰ੍ਹਾਂ ਦੀ ਗਾਰੰਟੀ ਹੋਏਗੀ ਗਾਰੰਟੀ ਹੋਸੀ ਇਨਸ਼ਾਅੱਲਾ ਹਾਂਜੀ ਹੋਰ ਅੱਗੇ ਜੀ ਇਹ ਚੀਜ਼ ਚੈੱਕ ਕਰੋ ਇਹ ਮੈਂ ਸਾਰਿਆਂ ਤੋਂ ਤਕਰੀਬਨ ਹਾਈਟ ਲੈਂਥ ਇਸ ਜ਼ਿਆਦਾ ਲੈਂਥ ਇਸ ਜ਼ਿਆਦਾ ਹਾਈਟ ਇਸ ਜ਼ਿਆਦਾ ਇਹ ਕੀ ਹੈ ਮੂੰਹ ਵਾਲੂ ਤਾਜ਼ਾ 6 ਦੰਦ ਹੋਇਆ ਯਾਨੀ ਸਾਰੇ ਬਰੀਡਰ ਕੁਆਲਿਟੀ ਅਗਰ ਕੋਈ ਬੱਕਰੀਆਂ ਵਾਸਤੇ ਖਰੀਦਣਾ ਚਾਹੁੰਦਾ ਤੇ ਬਿਹਤਰੀਨ ਬਰੀਡਰ ਨੇ ਮਾਸ਼ਾਅੱਲਾ ਤੇ ਇਹਦੀ ਕੀ ਡਿਮਾਂਡ ਕਰ ਰਹੇ ਹੋ ਤੋਤਾ ਫੇਰ ਤੋਤਾ ਫੇਰ ਨਜ਼ਰ ਆ ਰਿਹਾ ਮਾਸ਼ਾਅੱਲਾ ਡਿਮਾਂਡ ਕੀ ਕਰ ਰਹੇ ਹੋ ਜੀ ਇਹਨਾਂ 2,80,000 ਫਾਈਨਲ ਕਿੱਥੇ ਦੇਓਗੇ ਫਾਈਨਲ 2,70,000 ਫਾਈਨਲ 2,70 ਹਾਈਟ ਲੈਂਥ ਕਿੰਨੀ ਹੋਏਗੀ ਤਕਰੀਬਨ ਜੀ 45-62 ਲਓ ਜੀ ਚੀਜ਼ ਚੈੱਕ ਕਰੋ ਤਾਜ਼ਾ 6 ਦੰਦ ਤਕਰੀਬਨ ਸਾਰੇ ਤਾਜ਼ੇ 6 ਦੰਦ ਹੋਏ ਹੋਏ ਨੇ ਜਿਹੜੇ ਅੱਜ ਤੁਹਾਨੂੰ ਬਰੀਡਰ ਬੱਕਰੇ ਵੀ ਖਾਣੇ ਬਸ ਇਹੀ ਨੇ 4-5 6 ਇੱਕ ਹੋਰ ਰਹਿ ਗਿਆ ਇੱਥੇ 5 ਵੀ ਖਾਏ ਜੀ ਨਾਲ ਪੂਰੇ ਹੋ ਗਏ ਪੂਰੇ ਹੋ ਗਿਆ ਨੰਬਰ ਸ਼ੇਅਰ ਕਰੋ ਨਾ ਆਪਣਾ ਨੰਬਰ 0308 0308 8352 508 ਨਾਂ ਕੀ ਭਾਈ ਰੰਦਾ ਗੁਲਾਮ ਯਾਸੀਨ ਕਿੱਥੋਂ ਰਹਿਣ ਵਾਲੇ ਭਾਈ ਲੁੱਡਨ ਸ਼ਹਿਰ ਤੋਂ ਲਓ ਜੀ ਅਗਰ ਕੋਈ ਮੰਡੀ ਆਉਣਾ ਚਾਹੇ ਤਾਂ ਮੰਡੀ ਮਦਰਸੇ ਆਉਂਦੇ ਨੇ ਤੇ ਅਗਰ ਕੋਈ ਰਿਹਾਇਸ਼ ਲੈਣਾ ਚਾਹੁੰਦਾ ਰਿਹਾਇਸ਼ ਨਾ ਲੁੱਡਨ ਸ਼ਹਿਰ ਜ਼ਿਲ੍ਹਾ ਵਿਹਾੜੀ ਨੰਬਰ ਹੀ ਸ਼ੇਅਰ ਕਰ ਦਿੱਤਾ ਔਰ ਬਰੀਡਰ ਬੱਕਰੇ ਵੀ ਤੁਹਾਨੂੰ ਚੈੱਕ ਕਰਾ ਦਿੱਤੇ ਨੇ ਔਰ ਅਗਰ ਕੋਈ ਕੁਰਬਾਨੀ ਵਾਲਾ ਲੈਣਾ ਚਾਹੁੰਦਾ ਕੁਰਬਾਨੀ ਵਾਲਾ ਮਾਲ ਕਾਫੀ ਇਸ ਸਾਈਡ 'ਤੇ ਹੈ ਦੋਨੇ ਖੱਸੀ ਵੀ ਆਏ ਨੇ ਅਤੇ ਸਾਰੀ ਵੀਡੀਓ ਲਓ ਜੀ ਉਸ ਤੋਂ ਬਾਅਦ ਇਹ ਚੀਜ਼ਾਂ ਚੈੱਕ ਕਰਾ ਦਈਏ ਤੁਹਾਨੂੰ 3-2-5 ਬੱਕਰੇ ਨੇ ਜਨਾਬ ਅਤੇ ਸਾਰਿਆਂ ਦੀ ਜਨਾਬ ਡਿਟੇਲ ਲੈ ਲੈਂਦੇ ਕੀ ਡਿਟੇਲ ਪਹਿਲੇ ਜਾਨਵਰ ਚੈੱਕ ਕਰੋ ਜੀ ਵੀਡੀਓ ਪਸੰਦ ਹੈ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰ ਜ਼ਰੂਰ ਦੱਸਣਾ ਕਿ ਅੱਜ ਦੇ ਜਾਨਵਰ ਕਿਸ ਤਰ੍ਹਾਂ ਲੱਗੇ ਰੈਡ ਅੱਜ ਦੇ ਕਿਸ ਤਰ੍ਹਾਂ ਲੱਗੇ ਕਿ ਮਦਰਸਾ ਮੰਡੀ ਆਉਣਾ ਚਾਹੁੰਦਾ ਹਫ਼ਤੇ ਵਾਲੇ ਦਿਨ ਮੰਡੀ ਲੱਗਦੀ ਚੈੱਕ ਅਬਦੁੱਲਾ ਤੋਂ ਥੱਲੇ ਜਨਾਬ 2-3 ਕਿਲੋਮੀਟਰ ਰੋਹੀ ਦੇ ਵਿੱਚ ਜਾ ਦੋ ਤੀਸਰਾ ਸਾਹਮਣੇ ਵਾਲੇ ਵਿਖਾ ਦਿੰਦੇ 5 ਜਨਾਬ ਇਹਨਾਂ ਕੋਲ ਬਰੀਡਰ ਬੱਕਰੇ ਖੜੇ ਨੇ ਇਹ ਚੈੱਕ ਕਰੋ ਜੀ ਉਸ ਤੋਂ ਬਾਅਦ ਜੀ ਇੱਕ ਇਹ ਖੜਾ ਅਤੇ 5ਵਾਂ ਲਾਸਟ ਹੈ ਸਾਹ ਜੀ ਸਾਰੇ 6 ਦੰਦ ਨੇ ਜਾਂ ਦੋਂਦਾ ਚੋਗਾ ਵੀ ਹੈ ਵਿੱਚ ਕੋਈ ਦੋਂਦਾ ਕਿਹੜਾ ਹੈ ਵਾਲਾ ਦੋਂਦਾ ਬਾਕੀ ਹੈ ਵਾਲਾ ਬਾਕੀ ਸਾਰੇ ਚੋਗੇ ਨੇ ਠੀਕ ਹੋ ਗਿਆ ਪੁੱਠੇ ਦੇ ਹਿਸਾਬ ਕੀ ਮੁੱਲ ਛੁੱਲ ਕਰ ਰਹੇ ਹੋ ਪੁੱਠੇ ਦਾ ਹਾਂਜੀ ਤੇਰੇ ਨੇ ਮੌਲਵੀ ਸਾਹਿਬ ਦੇ ਨੇ ਪਿਛਲੇ ਵਿਕ ਗਏ ਸਨ ਸਾਰੇ ਅੱਜ 5 ਲਿਆਂਦੇ ਜੇ ਤੇ 20,05,000 ਦਾ ਤੇ ਪੁੱਠਾ ਕੀ ਪੈ ਗਿਆ 4,00,000 ਨੂੰ ਪੁੱਠਾ 4,00,000 ਨੂੰ ਪੁੱਠਾ ਕਮੀ ਬੇਸ਼ੀ ਹੋ ਜਾਸੀ ਫਾਈਨਲ ਹੈ ਕਮੀ ਬੇਸ਼ੀ ਹੋ ਜਾਸੀ ਨੰਬਰ ਸ਼ੇਅਰ ਕਰੋ ਕਮਲ ਸਾਹਿਬ 0308 0308 7734 786 ਨਾਂ ਕੀ ਹੈ ਮੁਹੰਮਦ ਆਸਿਫ ਰਿਹਾਇਸ਼ ਬਾਵਲ ਨਗਰ ਰਹਿਣ ਵਾਲੇ 5 ਬਰੀਡਰ ਬੱਕਰੇ ਖੜੇ ਨੇ ਇਹਨਾਂ ਕੋਲ ਜਨਾਬ ਇਹ ਜਿਹੜੇ ਚੈੱਕ ਕਰਾ ਦਿੱਤੇ ਇਹ ਖੱਸੀ ਕਿਹੜੇ ਕਿਹੜੇ ਨੇ ਭਲਾ ਇਹ ਜਿਹੜਾ ਪਾਣੀ ਪੀ ਰਿਹਾ ਇਹ ਖੱਸੀ ਹੈ ਤੇ ਇੱਕ ਉਹ ਐਂਡ ਵਾਲਾ ਇਹ ਸਾਹਮਣੇ ਵਾਲਾ ਤਾਜ਼ਾ ਖੱਸੀ ਹੈ ਲਓ ਜੀ ਖੱਸੀ ਅਗਰ ਕੋਈ ਲੈਣਾ ਚਾਹੀਦਾ ਇੱਕ ਇਹ ਖੱਸੀ ਖੜਾ ਜੇ ਵਿਖਾ ਦਿੱਤਾ ਸਕਰੀਨ ਇਹ ਨੈਟ ਵਾਲਾ ਨੰਬਰ ਸੋ ਦਿੱਤਾ ਕਿ ਸਾਦਾ ਨੰਬਰ ਜੇ ਸਾਦਾ ਹੈ ਠੀਕ ਹੋ ਗਿਆ ਇਹ ਸਾਦਾ ਠੀਕ ਹੋ ਗਿਆ ਲਓ ਜੀ ਚੈੱਕ ਕਰੋ ਇਹ ਖੱਸੀ ਜੇ ਤੇ ਦੂਸਰਾ ਇਹ ਸਾਹਮਣੇ ਵਾਲਾ ਇਹ ਵਾਲਾ ਖੱਸੀ ਹੈ ਤੇ ਇਹ ਚੈੱਕ ਇਹ ਵਾਲਾ ਖੱਸੀ ਦੋ ਖੱਸੀ ਨੇ ਤੇ ਬਾਕੀ 3 ਆਂਡਾ ਨੇ ਇਹ ਮੂੰਹ ਵਾਲੂ ਕੀ ਹੈ ਖੱਸੀ 6 ਦੰਦ ਤੇ ਉਹ ਖੱਸੀ ਉਹ ਵੀ 6 ਦੰਦ ਠੀਕ ਹੋ ਗਿਆ ਜਨਾਬ ਜਨਾਬ ਇਹ ਜੀ ਚੈੱਕ ਕਰੋ ਬਰੀਡਰ ਬੱਕਰਾ ਤਾਂ ਜੀ ਇੱਧੂ ਹੋ ਖਲੋ ਫੋਟੋ ਬਣਵਾਉਣ ਦੇ ਇਹ ਪਰੂ ਹੋ ਖਲੋ ਲਓ ਜੀ ਇਹ ਚੀਜ਼ ਵੀ ਚੈੱਕ ਕਰੋ ਮਾਸ਼ਾਅੱਲਾ ਔਰ ਕੁਆਲਿਟੀ ਚੈੱਕ ਕਰੋ ਤਾਂ ਜੀ ਕੀ ਹੈ ਮੂੰਹ ਵਾਲੂ ਬੱਕਰਾ ਚੌਗਾ ਛਿੱਗਾ ਹੋਇਆ ਖਲਾ ਕੀ ਮੰਗ ਰਹੇ ਇਹਦਾ ਫਾਈਨਲ ਕਿੱਥੇ ਦੇਣਾ ਹੈ ਅੱਛਾ ਜੀ ਠੀਕ ਹੋ ਗਿਆ ਲਓ ਜੀ ਕਹਿ ਰਹੇ 1,50,000 ਦਾ ਦੇਵਾਂਗੇ ਬਾਕੀ ਇਹ ਚੀਜ਼ ਚੱਕ ਜ਼ੁਲਕਰ ਨਾਇਨ ਭਾਈ ਕੋਲੋਂ ਕਿੰਨੇ ਬੱਕਰੇ ਲਿਆਂਦੇ ਅੱਜ ਬਸ ਉਹ ਅਗਲੇ ਖਾ ਤੇ ਮੁਕਾ ਤੇ ਆਇਆ ਤੇ ਫਿਰ ਆਇਆ ਦੁਬਾਰਾ ਮੰਡੀ ਨਹੀਂ ਮੁਕੀਤਾ ਦੁਬਾਰਾ ਹੈ ਕਿੰਨੇ ਲਿਆਂਦੇ ਨੇ ਅੱਜ ਇੱਕੋ ਹੀ ਬਸ ਇੱਕੋ ਹੀ ਬੜਾ ਅੱਜ ਲਓ ਜੀ ਇਹ ਚੀਜ਼ ਚੈੱਕ ਕਰੋ ਜੀ ਖੱਸੀ ਆਂਡੋ ਲਈ ਆਂਡੋ ਲਈ ਮੂੰਹ ਹੋਰ ਕਰਖਾ ਇਹਦਾ ਲਓ ਜੀ ਇਹ ਚੀਜ਼ ਚੈੱਕ ਕਰੋ ਮੂੰਹ ਵਾਲੂ ਕੀ ਹੈ ਦੋਂਦਾ ਚੋਗਾ ਛਿੱਗਾ 6 ਦੰਦ ਹੋਇਆ ਖੜਾ ਛਿੱਗਾ ਵੀ ਆ ਕੀ ਡਿਮਾਂਡ ਕਰ ਰਿਹਾ ਜੀ 3,00,000 ਰੁਪਈਆ
ਖੁਦਾ ਦਾ ਖੌਫ ਕਰ ਸਸਤਾ ਮੁੱਲ ਕਰ 3 ਲੱਖ ਰੁਪਈਆ ਐਡੇ ਵੱਡੇ ਵੱਡੇ ਬਰੀਡਰ ਪਹਿਲੇ ਵੀ ਖਾਣ 3 ਲੱਖ ਉਹਨਾਂ ਨੇ ਮੰਗਾ ਤੂੰ 3 ਲੱਖ ਇਹਦਾ ਮੰਗੀ ਖਾ ਲੈ ਹੈਂ ਜੈਜ ਜੈਜ ਮੰਗ ਜਿਹੜੇ ਲਵਣੇ ਨਹੀਂ ਹੈਂ ਲਓ ਜੀ ਇਹ ਚੀਜ਼ ਚੱਕਰ ਮੂੰਹ ਖੋਲ ਕੇ ਵਿਖਾ ਖਾਂਦਾ ਮੂੰਹ ਵੀ ਖੋਲ ਕੇ ਵਿਖਾ ਹਾਈਟ ਕਿਤਨੀ ਹੋਏਗੀ ਹਾਈਟ ਲੈਂਥ ਹੈ ਜੀ 46 ਹੈ ਠੀਕ ਹੋ ਗਈ ਆ ਲੜਾਈ ਦਾ ਫਾਈਨਲ ਹੋ ਜਾਏਗਾ ਹੋਰ ਕਮੀ ਬੇਸ਼ੀ ਨਹੀਂ ਕਰਨਾ ਜਦੋਂ ਰਾਬਤਾ ਕਰੋ ਕਿ ਹੋਰ ਵੀ ਕਮੀ ਬੇਸ਼ੀ ਹੋ ਜਾਏਗੀ ਨੰਬਰ ਸ਼ੇਅਰ ਕਰ ਖਾਂਦਾ ਨੰਬਰ ਦੱਸ ਖਾਂ 05 ਹਾਂਜੀ 730 35 ਠੀਕ ਹੋ ਗਿਆ ਲਓ ਜੀ ਇਹ ਇਹਨਾਂ ਦਾ ਨੰਬਰ ਹੈ ਬਿਲਕੁਲ ਮੈਂ ਬਾਵਲਪੁਰ ਤੋਂ ਆਇਆ ਨੇ ਲਓ ਜੀ ਪੱਠੇ ਵੀ ਖਵਾ ਕੇ ਵਿਖਾ ਰਹੇ ਨੇ ਚਾਰਾ ਸ਼ਰ ਖਵਾ ਕੇ ਵਿਖਾ ਰਹੇ ਨੇ ਅਤੇ ਇਹ ਜਨਾਬ ਅਹਿਮਦ ਬੋਸ਼ ਸ਼ਰਕੀਆ ਬਾਵਲਪੁਰ ਤੋਂ ਆਏ ਨੇ ਮਾਸ਼ਾ ਅੱਲਾ ਚੰਗਾ ਹੱਦ ਕਾਠ ਹੈ ਅਤੇ ਅੱਜ ਦੀ ਵੀਡੀਓ ਪਸੰਦ ਹੈ ਵੀਡੀਓ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜ਼ਰੂਰ ਦੱਸਣਾ ਕਿ ਅੱਜ ਦੇ ਰੈਡ ਕਿਸ ਤਰ੍ਹਾਂ ਲੱਗੇ ਮਦਰਸਾ ਮੰਡੀ ਦੇ ਹੋਰ ਵੀ ਜਨਾਬ ਚੈੱਕ ਕਰਾ ਰਹੇ ਨੇ ਇਹ ਵੀ ਚੈੱਕ ਕਰੋ ਜੀ ਮਲਤਾ ਕੀ ਮੰਗ ਰਹੇ ਇਹਦਾ ਆਇਆ ਆਇਆ ਕੀ ਮੰਗ ਰਹੇ ਇਹਦਾ 85,000 ਮੂੰਹ ਅਲੂ ਕੀ ਹੈ ਦੰਦ ਹੈ ਵੀ ਆ 85,000 ਰੁਪਇਆ ਇਸਦਾ ਜੇ ਮੂੰਹ ਅਲੂ 2 ਦੰਦ ਹੋ ਚੁੱਕਾ ਅਤੇ ਇਨਸ਼ਾਅੱਲਾ ਅਗਲੀ ਨਾਲ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ ਔਰ ਰੈਡ ਪੁੱਛ ਕੇ ਦੱਸਾਂਗੇ ਕਿਤਨੇ ਰੈਡ ਜਨਾਬ ਅੱਜ ਚਾਹ ਰਹੇ ਦੁੰਦੀ ਖੱਸੀ ਬੱਕਰਾਂ ਦੇ ਅੱਗੇ ਦੋਂਦੇ ਖੱਸੀ ਇਨਸ਼ਾਅੱਲਾ ਤੁਹਾਨੂੰ ਵਿਖਾ ਦਿੰਦੇ ਅਗਲੀ ਵੀਡੀਓ ਦੇ ਨਾਲ।